रिजल्ट जमेर झालर दिखा आ देखो भाई भाई किड्डा वड्डा झालर देख हैरानी होंगी है यार आ चीज देख के तो आलो आही चीज भाई जी आपके बच्चों की भी यही चीज आ रही है पक्की गल बिल्कुल 100% ਸਾਰਿਆਂ ਨੂੰ ਪਹਿਲਾਂ ਬੱਕਰੀ ਉਹ ਲਈ ਸੀ ਫਿਰ ਹਾਂਜੀ ਹਾਂਜੀ ਸਟਾਰਟਿੰਗ ਦੇ ਵਿੱਚ ਉਹ ਆਪਾਂ ਫਾਰਮ ਕਰਿਆ ਸੀ ਸਟਾਰਟਿੰਗ ਦੇ ਵਿੱਚ ਇਹ ਬੱਕਰੀ ਲਈ ਸੀ ਹਾਂਜੀ ਕਿੰਨੇ ਰੁਪਏ ਦੀ ਆਈ ਸੀ ਤੁਹਾਨੂੰ ਇਹ ਉਸ ਟਾਈਮ 21000 ਦੀ ਲੈਂਦੀ ਸੀ 21000 ਦੀ ਫਿਰ ਇਹਨਾਂ ਤਾਂ ਤੋਹਫਾ ਹੀ ਦਿੱਤਾ ਤੁਹਾਡੇ ਕੋਲ ਆ ਕੇ ਬਿਲਕੁਲ ਕਿੰਨੇ ਮਹੀਨੇ ਦੀ ਗੱਬਣ ਲੈਂਦੀ ਸੀ ਤੇ ਨਾਲ ਹੀ ਸੁਆ ਹੋਇਆ ਨਹੀਂ 3 ਮਹੀਨੇ ਦੀ ਗੱਬਣ ਲੈਂਦੀ ਸੀ 3 ਮਹੀਨੇ ਦੀ ਗੱਬਣ ਹੋਈ ਪਤਾ ਸੀ ਕਿ ਵੀ ਆਏ ਦੇਊਗੀ ਬੱਚੇ ਨਹੀਂ ਨਹੀਂ ਆਇਓ ਵੀਰੋ ਗਰਮੀ ਬਹੁਤ ਜ਼ਿਆਦਾ ਪੂਰੀ ਫੁੱਲ ਗਰਮੀ ਦੇ ਵਿੱਚ ਤੁਹਾਡੇ ਲਈ ਵੀਡੀਓ ਲੈ ਕੇ ਆਉਣਾ ਕਿ ਗਰਮੀ ਭਜਾਉ ਭਜਾਉ ਕਰਦੀ ਪਈ ਆ ਵੀ ਭਜੋ ਪਰ ਆਪਾਂ ਖੜਿਆਂਗੇ ਡੱਟ ਕੇ ਖੜਨਾ ਪੈਂਦਾ ਹੈ ਨਾ ਜਦੋਂ ਕੰਮ ਕਰਨਾ ਪੈਂਦਾ ਹੋਵੇ ਕੀ ਹਾਲ ਆ ਬਾਈ ਆ ਬਾਈ ਦਾ ਬੋਕ ਦਿਖਾਉਣਗੇ ਤੁਹਾਨੂੰ ਲਿਆਈ ਬਾਈ ਬੱਕਰਾ ਉਹਨਾਂ ਨੂੰ ਕਿਹੜੇ ਪਿੰਡ ਤੋਂ ਆਏ ਬਾਈ ਪਿੰਡ ਆਪਣਾ ਅਸਲੀ ਹੈ ਜੀ ਜ਼ਿਲ੍ਹਾ ਜ਼ਿਲ੍ਹਾ ਹਨੂਮਾਨਗੜ੍ਹ ਦਿਖਾਓ ਬੱਕਰਾ ਜ਼ਿਲ੍ਹਾ ਹਨੂਮਾਨਗੜ੍ਹ ਬੱਕਰਾ ਦਿਖਾਉਣਗੇ ਬਾਈ ਦਾ ਵਪਾਰ ਦਾ ਕੰਮ ਕਰਦੇ ਹੋ ਵੀਰੇ ਨਹੀਂ ਬਸ ਆਪ ਆਪਦੇ ਘਰੇ ਫਾਰਮ ਕਰ ਉਹਨਾਂ ਲੈ ਇੱਧਰ ਲੈ ਆਓ ਖੋਲੀ ਜੀ ਹਾਂ ਹਾਂ ਬੱਕਰਾ ਦਿਖਾਉਣਾ ਬਹੁਤ ਵੱਡੇ ਝਾਲਰ ਦਾ ਕੱਦ ਘਾਟ ਛੋਟਾ ਹੈਗਾ ਪਰ ਮੂੰਹ ਮੱਥਾ ਨਾ ਜਿਹੜਾ ਉਹ ਬਹੁਤ ਵਧੀਆ ਬਣਦਾ ਤਣਦਾ ਹੈ ਇਹ ਗੱਲ ਨਹੀਂ ਹੈਗੀ ਬੱਕਰੇ ਕੀ ਨਾਮ ਦੱਸਿਆ ਬਾਈ ਤੁਸੀਂ ਆਪਣਾ ਗਲਾਬ ਸਿੰਘ ਜੀ ਨਾਮ ਜੀ ਅੱਛਾ ਬੱਕਰੇ ਨੂੰ ਰਾ ਕਰਿਓ ਦੰਦਾਂ ਦਾ ਕਿਵੇਂ ਗਏ ਇਹ ਨਵੇਂ 8 ਦੰਦ ਹੁਣੇ ਲਾਏ ਵੀਰੇ ਇਹ ਆ ਦੇਖੋ ਠੀਕ ਹੈ ਹੁਣੇ ਲਾਏ ਨੇ ਬਾਈ ਦੇਖਣ ਨੂੰ ਐ ਲੱਗਦੀ ਮਤਲਬ ਬੱਕਰਾ ਥੋੜਾ ਨਾ ਹੋਵੇ ਨਾ ਨਹੀਂ ਨਹੀਂ ਠੀਕ ਹੈ ਤੇ ਮਾਰਚ ਦੇ ਵਿੱਚ 8 ਦੰਦ ਕਰੇ ਨੇ ਤੁਸੀਂ ਕਦੋਂ ਲਿਆ ਸੀ ਬੱਕਰਾ ਇਹ ਘਰੇ ਬੱਚਾ ਪਾਲਿਆ ਜੀ ਕਿੱਡਾ ਕ ਬੱਚਾ ਛੋਟਾ ਬੱਕਰੀ ਦਾ ਜੀ ਠੀਕ ਹੈ ਜਨਮੇ ਸੀ ਇਹ ਤੋਂ ਕੁਛ ਰਿਜ਼ਲਟ ਤਜਰਬਾ ਲਿਆ ਹਾਂਜੀ ਬਹੁਤ ਸੋਹਣੇ ਬੱਚੇ ਆ ਜੀ ਪੱਕੀ ਗੱਲ ਆ ਬਿਲਕੁਲ ਕਿੰਨਾ ਟਾਈਮ ਹੋ ਗਿਆ ਬੱਕਰੀ ਨੇ ਕੰਮ ਛੋੜਿਆ ਆਪਣਾ ਹੋਵੇ ਜੀ ਲੱਗਦਾ 5-6 ਸਾਲ ਹੋ ਗਏ 5-6 ਸਾਲ ਠੀਕ ਆ ਰਿਜ਼ਲਟ ਜਮੇ ਤੇ ਝਾਲਰ ਦਿਖਾ ਆ ਦੇਖੋ ਬਈ ਬਈ ਕਿੱਡਾ ਵੱਡਾ ਝਾਲਰ ਆ ਦੇਖ ਹੈਰਾਨੀ ਹੁੰਦੀ ਹੈ ਯਾਰ ਆਹ ਚੀਜ਼ ਦੇਖ ਕੇ ਤਾਂ ਆ ਲਓ ਆਹੀ ਚੀਜ਼ ਬਾਈ ਜੀ ਆਪਦੇ ਇਹਦੇ ਬੱਚਿਆਂ ਦੇ ਵੀ ਇਹੀ ਚੀਜ਼ ਆ ਰਹੀ ਹੈ ਜੀ ਪੱਕੀ ਗੱਲ ਆ ਬਿਲਕੁਲ ਜੀ 100% ਕਿੰਨੇ ਰੁਪਏ ਦਾ ਲਈ ਸਹੀ ਦੱਸਿਓ ਇਹ ਲਿਆ ਨਹੀਂ ਜੀ ਘਰੋਂ ਬੱਚਾ ਜੀ ਪਹਿਲਾਂ ਵੀ ਨਹੀਂ ਲਿਆ ਉਹ ਵੀ ਕਰੀ ਸੀਗਾ ਹਾਂਜੀ ਕਰੀ ਸੀ ਉਹ ਬੱਕਰੀਆਂ ਤੱਕ ਤੁਰ ਇਹ ਬੱਕਰੀ ਮੋਨੋ ਲਈ ਸੀ ਜੀ ਮੈਂ ਪੰਜਾਬ ਤੋਂ ਕਿਹੜੀ ਬਰਨਾਲਾ ਸਾਈਡ ਤੋਂ ਆ ਜੀ 38 ਇੰਚ ਹਾਈਟ ਹੈ ਜੀ ਇਹਦਾ ਬੱਚਾ ਹੈ ਇਹਦਾ ਬੱਚਾ ਜੀ ਦਿਖਾਈ ਬਈ ਬੱਕਰੀ ਇਹ ਤਾਂ ਫਿਰ ਮੌਲੀ ਹੋ ਗਈ ਉਹ ਵਿਚਾਰੀ ਹੈ ਨਾ ਹਾਂ ਇਹ ਤਾਂ ਹੋ ਗਈ ਮੌਲੀ ਕਿੰਨੇ ਸੂਏ ਲਏ ਫਿਰ ਇਹ ਤੋਂ ਇਹ ਤੋਂ ਲੈ ਲਈ ਜੀ 5-6 ਸੂਏ ਲੈ ਲਏ ਜੀ 5-6 ਸੂਏ ਲੈ ਲਏ ਤੁਸੀਂ ਹਾਂਜੀ ਇਹ ਲਈ ਸੀ ਸਾਰਿਆਂ ਨੂੰ ਪਹਿਲਾਂ ਹਾਂ ਇਹ ਲਈ ਸਭ ਤੋਂ ਪਹਿਲਾਂ ਸਟਾਰਟਿੰਗ ਠੀਕ ਹੈ ਇਹਦਾ ਰਿਜ਼ਲਟ ਕਿਸ ਤਰ੍ਹਾਂ ਰਿਹਾ ਆ ਦੇਖੋ ਤੁਹਾਡੇ ਸਾਹਮਣੇ ਆ ਬਈ ਠੀਕ ਆ 5-6 ਸੂਏ ਇਹਦੀ ਪੱਠਾ ਬਹੁਤ ਸੋਹਣੀ ਹੈ ਜੀ ਆ ਬੱਕਰੀ ਦਾ ਇਹ ਬੱਚਾ 5-6 ਸੂਏ ਪਾਈਆਂ ਨੇ ਕਹਿੰਦੇ ਲੈ ਲਈ 2.5 ਸਾਲ ਉਮਰ ਹੋ ਗਈ ਜੀ 2.5 ਸਾਲ ਬੱਕਰੇ ਦੀ ਉਮਰ ਹਾਂਜੀ ਠੀਕ ਆ ਇਹ ਜਿੱਬ ਇੰਨੀ ਝਾਲਰ ਹੁੰਦੀ ਹੈ ਹਰੇਕ ਬੱਚੇ ਬਿਲਕੁਲ ਇੰਨੀ ਹੀ ਹੁੰਦੀ ਹੈ ਠੀਕ ਆ ਕੀ ਰੇਟ ਤੇ ਵੇਚ ਰਹੇ ਹੋ ਬੱਚਾ ਇਹਦਾ ਨਹੀਂ ਬੱਚਾ ਤਾਂ 25000 ਦਾ ਦੇ ਰਹੇ ਨੇ ਬੱਚਾ ਹਾਂਜੀ ਸੇਮ ਮੂੰਹ ਮੱਥਾ ਹੁੰਦਾ ਬਿਲਕੁਲ ਆਊਗਾ ਹੀ ਚੀਜ਼ ਆਈ ਸਿੰਘ ਆਊਗਾ ਜੀ ਬੱਚਾ ਦੇ ਵੇਚ ਦਿੰਦੇ 2 ਮਹੀਨੇ ਦਾ 2 ਮਹੀਨੇ ਵਿੱਚ ਦੇਖ ਜੇ ਤਾਂ ਆ ਚੀਜ਼ ਬੱਚਾ ਚਾਹੀ ਆਪਣੇ ਤੋਂ ਫੇਰ ਤਾਂ ਯਾਰ ਕੋਈ ਘਾਟ ਨਹੀਂ ਹੈਗੀ ਹੈ ਨਾ ਬੱਕਰੇ ਦੇ ਵਿੱਚ ਆ ਲਓ ਅੱਜ ਇਹਦਾ ਕੀ ਮੁੱਲ ਕਰਦੇ ਹੋਗੇ ਨਹੀਂ ਵੇਚਣਾ ਨਹੀਂ ਜੀ ਵੇਚਣਾ ਨਹੀਂਗਾ ਇਹ ਦਿਖਾਉਣ ਖਾਤਰ ਹੀ ਲੈ ਕੇ ਦਿਖਾਉਣ ਖਾਤਰ ਹੀ ਲਿਆਂਦਾ ਹਾਂਜੀ ਚੀਜ਼ ਸੋਹਣੀ ਹੈ ਯਾਰ ਕੱਦ ਕਾਟ ਤੇ ਨਾ ਜਾਏ ਹੋਈ ਦਾ ਹੋਰ ਬਹੁਤ ਬੜਾ ਕੁਝ ਸੋਹਣਾ ਬੱਕਰੇ ਦਾ ਮੂੰਹ ਮੱਥਾ 5 ਫੇਸ ਤੋਂ ਲਾ ਕੇ 43 ਇੰਚ ਕਰ ਦਿੱਤਾ ਜੀ ਕਿੰਨਾ ਜੀ 43 ਇੰਚ 43 ਇੰਚ ਜ਼ਿਆਦਾ ਨਹੀਂ ਹੋ ਜੀ 43 ਇੰਚ ਨਹੀਂ 43 ਬਸ ਇਹ ਨਹੀਂ ਮਿਣੇਗਾ ਹਾਂਜੀ ਇੱਕ ਵਾਰ ਤੋਰੇ ਉੱਤਰ ਨੂੰ ਬੱਕਰਾ ਤੋਰੀ ਹਾਂ ਹਾਂ ਤੋਰ ਬੱਕਰ ਬੱਕਰਾ ਦੇਖੋ ਬਈ ਆ ਦੇਖ ਵੀ ਇੱਧਰ ਦੀ ਕੱਢ ਕੇ ਬਈ ਬਹੁਤ ਸੋਹਣਾ ਲੱਗਿਆ ਝਾਲਰ ਹੀ ਬਹੁਤ ਵੱਡਾ ਯਾਰ ਇਹ ਲਿਆ ਬਈ ਮੋੜ ਲਿਆ ਸਾਰ ਕਰ ਲਿਆ ਬਣਿਆ ਤਣਿਆ ਝੋਟੇ ਲੱਗਦਾ ਹੈ ਬਈ ਬਹੁਤ ਸੀਲ ਹੈ ਜੀ ਕਿਸੇ ਜਾਨਵਰ ਨੂੰ ਨਹੀਂ ਮਾਰਦਾਗਾ ਨਾ ਕਿਸੇ ਬੰਦੇ ਨੂੰ ਟੱਕਰ ਮਾਰੇ ਜੀ ਆਜਾ ਸਾਰਿਆਂ ਨੂੰ ਪਹਿਲਾਂ ਬੱਕਰੀ ਉਹ ਲਈ ਸੀ ਫਿਰ ਹਾਂਜੀ ਹਾਂਜੀ ਸਟਾਰਟਿੰਗ ਦੇ ਵਿੱਚ ਉਹ ਆਪਾਂ ਫਾਰਮ ਕਰਿਆ ਸੀ ਸਟਾਰਟਿੰਗ ਦੇ ਵਿੱਚ ਇਹ ਬੱਕਰੀ ਲਈ ਸੀ ਹਾਂਜੀ ਕਿੰਨੇ ਰੁਪਏ ਦੀ ਆਈ ਸੀ ਤੁਹਾਨੂੰ ਇਹ ਉਸ ਟਾਈਮ 21000 ਦੀ ਲੈਂਦੀ ਸੀ 21000 ਦੀ ਫਿਰ ਇਹਨਾਂ ਤਾਂ ਤੋਹਫੇ ਦੇਤਾ ਤੁਹਾਡੇ ਕੋਲ ਆ ਕੇ ਬਿਲਕੁਲ ਕਿੰਨੇ ਮਹੀਨੇ ਦੀ ਗੱਬਣ ਲੈਂਦੀ ਸੀ ਤੇ ਨਾਲ ਹੀ ਸੁਆ ਹੋਇਆ ਨਹੀਂ 3 ਮਹੀਨੇ ਦੀ ਗੱਬਣ ਲੈਂਦੀ ਸੀ 3 ਮਹੀਨੇ ਦੀ ਗੱਬਣ ਹਾਂਜੀ ਪਤਾ ਸੀ ਕਿ ਵੀ ਐਂ ਦੇਊਗੀ ਬੱਚੇ ਨਹੀਂ ਕਿੰਨੇ ਬੱਚੇ ਦਿੱਤੇ ਸੀ ਉਹਨੂੰ 2 ਬੱਚੇ ਦਿੱਤੇ ਸੀ ਠੀਕ ਹੈ ਇਹਦੇ ਨਾਲ ਜਿਹੜੀ ਪੱਠ ਸੀਗੀ ਹਾਂ ਉਹ ਮਰ ਗਈ ਪੱਠ 18 ਇੰਚ ਕਨ ਸੀਗੇ ਪੱਠ ਦੇ ਅੱਛਾ ਬਹੁਤ ਹੀ ਜ਼ੋਰਦਾਰ ਸੀ ਕੀ ਬਾਤ ਹੈ ਜਵਾਨ ਬੱਚੀ ਨਹੀਂ ਇਹ ਬੱਚਾ ਬਾਈ ਨੇ ਆ ਲਓ ਇਹੀ ਚੀਜ਼ ਤੁਹਾਨੂੰ ਦਿਖਾਉਣ ਦਾ ਕਿ ਨਾ ਵਾਰ-ਵਾਰ
मन भी करूगा तुम भी देखते रह जाओगे भी झल देखो यार ये बहुत बड़ा बकरा पुछण तो बहुत आने होंगे भाई बी बेचना या नहीं नहीं बिल्कुल बहुत जी बेचना पुछते तो बहुत बहुत पूछ दे पर बेच दे बेचना नहीं है किसी भी कीमत पे नहीं ब्लैक आ रहे पर कोई मेल बच्चा है नहीं है अपनी नहीं दूजे भाई हाँ ਇਹ 25000 ਰੁਪਏ ਮੁੱਲ ਕਰਦੇ 25000 ਦੰਦ ਤਾਂ ਹੋਣੇ ਨਹੀਂ ਆ ਨਾ ਇਹਦੇ ਮੂੰਹ ਤੇ ਨਹੀਂ ਦੰਦ ਹੈਗੇ ਪਰ ਕਾਸੇ ਹੋਏ ਨੇ ਦੰਦ ਹਜੇ ਝਾੜੇ ਨਹੀਂ ਗਏ ਦੰਦ ਹੈਗੇ ਹੈਗੇ ਕਸੇ ਲੈ ਕੰਮ ਕਿਵੇਂ ਆ ਰਾਸ ਆ ਹਾਂ ਬਹੁਤ ਵਧੀਆ ਕੋਈ ਦਿੱਕਤ ਤਾਂ ਨਹੀਂ ਕੰਮ ਨਾ ਨਾ ਕੋਈ ਦਿੱਕਤ ਨਹੀਂ ਅੱਛਾ ਟ੍ਰੇਨਿੰਗ ਲਈ ਹੋਈ ਸੀ ਆਪਣੀ 10 ਦਿਨਾਂ ਦੀ ਠੀਕ ਹੈ ਤੇ ਟ੍ਰੀਟਮੈਂਟ ਘਰੀ ਕਰ ਲਈਦਾ ਜੀ ਕਰ ਲਈਦਾ ਕੋਈ ਵੀ ਦਿੱਕਤ ਆਉਂਦੀ ਨਹੀਂ ਕਿੰਨੀਆਂ ਕੁ ਪਰੇਸ਼ਾਨੀਆਂ ਆਈਆਂ ਨੇ ਫਿਰ ਕਰਨ ਦੇ ਸਟਾਰਟਿੰਗ ਦੇ ਵਿੱਚ ਤਾਂ ਮਾੜੀ ਮੋਟੀ ਆਉਂਦੀ ਹੈ ਜੀ ਜਿਵੇਂ ਜਿਵੇਂ ਆਪਾਂ ਕੰਮ ਕਰਦੇ ਨੇ ਨੌਲੇਜ ਵੱਧਦਾ ਜਾਂਦਾ ਜੀ ਅੱਛਾ ਫਿਰ ਉਦੋਂ ਬਾਅਦ ਕੋਈ ਦਿੱਕਤ ਨਹੀਂ ਟ੍ਰੀਟਮੈਂਟ ਫਿਰ ਡਾਕਟਰ ਨੂੰ ਕਦੇ ਬੁਲਾਉਣਾ ਪੈਂਦਾ ਜਾਂ ਆਪ ਹੀ ਕਰ ਲੈਂਦੇ ਨਹੀਂ ਆਪ ਹੀ ਕਰ ਲੈਂਦੇ ਕਰ ਲੈਂਦੇ ਆ ਚੰਗੀ ਗੱਲ ਆ ਦੇਖੋ ਬਾਈ ਆ ਇਹਦਾ 25000 ਮੰਗੇ ਗੱਬਣ ਹੈ ਨਹੀਂ ਇਹ ਹੁਣ ਗੱਬਣ ਹੈਗੀ 20 ਦਿਨਾਂ ਦੀ ਹੈ ਜੀ 20 ਦਿਨਾਂ ਦੀ ਕ੍ਰੋਸ ਹੈ ਹਾਂ ਕ੍ਰੋਸ ਗੱਬਣ ਦੀ ਹੈ ਗੱਬਣ ਨਹੀਂ ਕਹਿ ਸਕਦੇ ਆਪਾਂ ਕ੍ਰੋਸ ਕ੍ਰੋਸ ਹੈ ਤੂੰ ਇੱਥੇ ਲਿਆ ਧੰਨਵਾਦ ਕਰ ਦਾਂਗੇ ਤੇ ਉਹ ਬੱਕਰੀ ਜਿਹੜੀ ਕਾਲੀ ਆ ਇਹ ਆਪਣੇ ਕੋਲੇ ਪਹਿਲਾਂ ਇੱਕ ਬੂਰ ਕੰਨਾ ਹੁੰਦਾ ਸੀ ਸਟਾਰਟਿੰਗ ਦੇ ਵਿੱਚ ਜਦੋਂ ਇਹ ਲੈ ਕੇ ਆਂਦੀ ਸੀ ਨਾ ਉਸ ਟਾਈਮ ਇੱਕ ਬੂਰ ਕੰਨਾ ਲਿਆਂਦਾ ਸੀਗਾ ਆ ਬੱਕਰੀ ਹਾਂ ਉਸ ਦੀ ਹੈ ਜੀ ਇਹ 6 ਦੰਦ ਹੈ ਜੀ ਇਹ ਗੱਬਣਾ ਜਾਂ ਸੂਈ ਹੋਈ ਇਹ 1.5 ਮਹੀਨੇ ਦੀ ਗੱਬਣਾ ਹੈ ਗਰੰਟੀ ਹੈ ਬਿਲਕੁਲ ਗਰੰਟੀ 1.5 ਤੋਂ 5 ਜਿਹੜੇ ਬੱਕਰੇ ਤੋਂ ਇਹ ਆਪਣੇ ਕੋਲੇ ਇੱਕ ਹੋਰ ਬੂਰ ਕੰਨੇ ਦਾ ਬੱਚਾ ਹੈਗਾ ਜੀ ਅੱਛਾ ਉਹ ਇਸ ਟਾਈਮ ਹੁਣ 4 ਦੰਦ ਲਾਏ ਜੀ ਤੇ 44 ਚ ਹਾਈਟ ਹੈ ਜੀ ਠੀਕ ਹੈ ਹੋਰ ਲੰਬਾਈ ਬਹੁਤ ਹੈ ਹਾਂਜੀ ਉਸ ਤੋਂ ਬਗਲ ਠੀਕ ਚੰਗੀ ਗੱਲ ਆ ਤੇ ਇਹ ਬੱਕਰੀ ਦਾ ਕੀ ਮੁੱਲ ਕਰੇਗਾ ਫਿਰ ਆ ਲਾਲ ਦਾ ਇਹ ਦੋਨੇ 20000 ਦੀਆਂ ਅਗਰ ਕੋਈ ਲਵੇ ਤਾਂ ਜੀ ਕਿੰਨੀ 20000 ਦੀ 20000 ਉਹ ਵੀ ਗੱਬਣੀ ਕਿੰਨੇ ਉਹ ਗੱਬਣਾ ਉਸ ਤੇ ਆਪਣਾ ਉਸ ਤੇ ਗੱਬਣਾ ਕਿੰਨੇ ਮਹੀਨੇ ਦੀ ਆਪਣਾ ਨਹੀਂ ਮਹੀਨਿਆਂ ਦੀ ਨਹੀਂ ਜੀ ਉਹ ਵੀ 20 25 ਦਿਨਾਂ ਦੇ ਵਿੱਚ 25 ਮਹੀਨੇ ਦੇ ਵਿੱਚ ਵਿੱਚ ਹੈ ਠੀਕ ਹੈ ਉਹਦੀ ਪੱਠ ਹੈਗੀ ਘਰੇ ਰੱਖ ਲਈ ਦੁੱਧ ਦੰਦ ਲੈ ਵੀ ਚੀਜ਼ਾਂ ਤੇ ਕੰਮ ਕਰਨਾ ਨਾ ਅਹੀਂ ਇਹ ਚੀਜ਼ਾਂ ਤੇ ਕੰਮ ਕਰਿਆ ਕਰੋ ਬਾਈ ਕਹਿੰਦਾ ਬੋਕ ਤਾਂ ਮੈਂ ਕਿਸੇ ਕੀਮਤ ਤੇ ਵੇਚਣੀ ਨਹੀਂ ਹੈਗਾ ਚਲੋ ਸਮਝ ਆਪੋ ਆਪਣੀ ਹੈਗੀ ਇਹਦਾ ਬੱਚਾ ਨਹੀਂ ਤਿਆਰ ਕਰ ਰਿਹਾ ਅੱਗੇ ਕੋਈ ਨਹੀਂ ਆਪਣੇ ਹਜੇ ਕਰੇ ਜੀ ਅੱਗੇ ਦਿੱਤੇ ਹੋਏ ਬੱਚੇ ਦੋ ਤਿੰਨ ਤਿਆਰ ਹੋਈ ਜਾਂਦੇ ਅੱਛਾ ਵੀ ਤੁਸੀਂ ਆਪਦੇ ਘਰੇ ਨਹੀਂ ਤਿਆਰ ਕਰੇ ਨਹੀਂ ਹਜੇ ਨਹੀਂ ਕਰੇ ਬਹੁਤ ਸੋਹਣੇ ਬੱਚੇ ਦੇ ਹੁਣ ਇਹ ਖੀਰਾ ਬੱਚਾ ਹੈ ਤੇ ਇਸ ਤੋਂ ਵੀ ਵੱਧ ਕੇ ਤਿਆਰ ਹੋਈ ਜਾਂਦਾ ਕੀ ਬਾਤ ਆ ਬਰਬਰੀਆਂ ਦਾ ਕੀ ਮੁੱਲ ਕਰ ਦਿੰਦੇ ਇਹ ਬਾਈ ਦੀ ਆਪਣੀ ਜੀ ਅੱਛਾ ਕੀ ਮੁੱਲ ਕਰ ਦਿੰਦੇ ਬਰਬਰੀਆਂ ਦਾ ਇਹ ਬਰਬਰੀਆਂ ਆ ਬਰਬਰੀਆਂ ਇਹ ਜੀ 25000 ਦੀਆਂ ਦੇਣੀਆਂ ਦੋਨੇ ਦੋਨੇ ਗੱਬਣਾ ਕਿੰਨੇ ਟਾਈਮ ਦੀਆਂ ਨੇਗੀਆਂ ਮਹੀਨੇ ਮਹੀਨੇ ਨੇ ਗੱਬਣਾ ਮਹੀਨੇ ਮਹੀਨੇ ਦੀਆਂ ਮਹੀਨੇ ਮਹੀਨੇ ਦੀਆਂ ਗੱਬਣਾ ਲੱਗਿਆ ਕੁਛ ਨਹੀਂ ਹਜੇ ਤੱਕ ਲੱਗਿਆ ਨਹੀਂ ਲੱਗਿਆ ਨਹੀਂ ਤੁਸੀਂ ਅਸੀਂ ਕਹਿੰਦੇ ਹੋ ਵੀ 25 ਦੀਆਂ ਦੇਣੀਆਂ ਨੇ ਹਾਂ ਜੀ ਫਿਰ ਅਗਲਾ ਭੱਜ ਜਾਂਦਾ ਹੋਊਗਾ ਮੇਰੇ ਤਾਂ ਹਾਂ ਤੁਸੀਂ ਕਿੱਥੋਂ ਆਏ ਹੋ ਅਸੀਂ ਵੀ ਪੀਲੇ ਵੰਗਾ ਤੋਂ ਹੀ ਆਏ ਪੀਲੇ ਵੰਗਾ ਤੋਂ ਠੀਕ ਹੈ ਵੀਰੇ ਧੰਨਵਾਦ ਧੰਨਵਾਦ